यही समाज सेवा सैडी रिसड मोगा वालों बूटे लाने साडियां थां थां ते पार्कां भी बनिया बनाई गईयां। अज ये नछत्र सिंह परिवार ने पहल कदम चक्या कि किसानी दे विच कहिंदे साडे खेत दे नाल नाल बूटे लाओ। मैं बेनती भी करूँगा किसान वीरां नूं कि जिहड़े खेत दे नाल नाल बूटे लग जाण ते क्योंकि इहदे च असीं इस करके बेनीफिट समझिया क्योंकि इन्हां ने एक तां पहल कीती और इक इन्हां ने मतलब इस गल दी सानूं विश्वास दवाया वी असीं इहनां नूं पालांगे भी। ਅਸੀਂ ਇਸ ਕਰਕੇ ਇਸ ਖੇਤ ਦੇ ਵਿੱਚ ਪਹਿਲ ਕਰਨ ਲੱਗੇ ਅੱਜ ਬੂਟੇ ਲਾਉਣ ਲੱਗੇ। ਕਿੰਨੇ ਦੇ ਕਰੀਬ ਬੂਟੇ ਲਗਾਏ ਜਾ ਰਹੇ ਤੁਹਾਡੇ? ਤਕਰੀਬਨ ਅੱਜ ਅਸੀਂ 150 ਦੇ ਕਰੀਬ ਬੂਟਾ ਲਾਵਾਂਗੇ ਜੀ ਅਤੇ ਕੱਚੇ ਸਾਈਂ ਰੋਡ 'ਤੇ ਔਰ ਹੋਰ ਵੀ ਸਾਡੇ ਬੂਟੇ ਪਏ ਆ ਹੋਰ ਵੀ ਲਾਵਾਂਗੇ ਵੱਖ ਵੱਖ ਅਤੇ ਜੇ ਕਿਸੇ ਨੇ ਮਤਲਬ ਲਵਾਉਣੇ ਹੋਣ ਤਾਂ ਸਾਡੇ ਨਾਲ ਸੰਪਰਕ ਵੀ ਕਰ ਸਕਦਾ ਜੀ। ਉਹ ਜਾਣਕਾਰੀ ਜੀ ਬੂਟਿਆਂ ਬਾਰੇ ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਅਸੀਂ ਮਨਾ ਰਹੇ ਹਾਂ ਅਤੇ ਵੱਖ ਵੱਖ ਜਥੇਬੰਦੀਆਂ ਆਪਣੇ ਆਪਣੇ ਪੱਧਰ 'ਤੇ ਬਹੁਤ ਵਧੀਆ ਕੋਸ਼ਿਸ਼ਾਂ ਕਰ ਰਹੀਆਂ। ਸੋ ਸਭ ਤੋਂ ਵੱਡੀ ਕੋਸ਼ਿਸ਼ ਜਿਹੜੀ ਇਨਵਾਇਰਮੈਂਟ ਨੂੰ ਸੇਵ ਕਰਨ ਦੀ ਆ ਉਹ ਹੈਗੀ ਹੈ ਜੀ ਸਮਾਜ ਸੇਵੀ ਸੰਸਥਾ ਵੱਲੋਂ ਅੱਜ ਸਰਦਾਰ ਨਛੱਤਰ ਸਿੰਘ ਜੀ ਹੁਣਾਂ ਵੱਲੋਂ ਪਹਿਲਕਦਮੀ ਕੀਤੀ ਗਈ ਆ ਕਿ ਉਹਨਾਂ ਦੀ ਜ਼ਮੀਨ 'ਤੇ ਪੌਦੇ ਲਗਾਏ ਜਾ ਰਹੇ ਹਨ। ਸੋ ਅਸੀਂ ਸਮਾਜ ਸੇਵੀ ਸੰਸਥਾ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰ ਦਾ ਜਿਨ੍ਹਾਂ ਨੇ ਇਹ ਪਹਿਲਕਦਮੀ ਕੀਤੀ ਅਤੇ ਇਸ ਤੋਂ ਪ੍ਰੇਰਿਤ ਹੋ ਕੇ ਉਮੀਦ ਕਰਦੇ ਹਾਂ ਕਿ ਬਾਕੀ ਕਿਸਾਨ ਵੀ ਆਪਣੀਆਂ ਆਪਣੀਆਂ ਜ਼ਮੀਨਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਸ਼ਿਸ਼ ਆ ਜਿਹੜੀ ਉਹ ਕਰਨਗੇ। ਸ਼ੁਕਰੀਆ ਜੀ। ਹਾਂਜੀ ਰੋਡੇ ਸਾਹਿਬ ਤੋਂ ਜਾਣਕਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 9 ਅਤੇ 7 ਵਾਰਡ ਦੀ ਇੱਕ ਸਾਂਝੀ ਰੋਡ ਹੈ ਜਿਹਨੂੰ ਕੱਚਾ ਦਸਾਂ ਰੋਡ ਦਾ ਨਾਂ ਦਿੱਤਾ ਗਿਆ। ਉਸ 'ਤੇ ਸਮਾਜ ਸੇਵੀ ਸੰਸਥਾ ਰਜਿਸਟਰਡ ਮੋਗਾ ਵੱਲੋਂ ਬੂਟੇ ਲਾਏ ਜਾ ਰਹੇ ਆ। ਸੋ ਸਮੁੱਚੀ ਟੀਮ ਨੂੰ ਪਹਿਲਾਂ ਤਾਂ ਅਸੀਂ ਵਧਾਈ ਦਿੰਦੇ ਹਾਂ ਕਿ ਇਹਨਾਂ ਨੇ ਬਹੁਤ ਸ਼ਲਾਘਾਯੋਗ ਕੰਮ ਸ਼ੁਰੂ ਕੀਤਾ ਹੈ। ਪਹਿਲਾਂ ਵੀ ਇਹਨਾਂ ਦੇ ਜਿਹੜੇ ਕਾਰਜ ਆ ਬਹੁਤ ਸ਼ਲਾਘਾਯੋਗ ਆ, ਜਿਨ੍ਹਾਂ ਨੂੰ ਸਲੂਟ ਕਰਨਾ ਬਣਦਾ ਕਿ ਸੰਨਿਆਸੀ ਵੀਰ ਹੋਣੇ ਇੱਥੇ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਬਹੁਤ ਵੱਡਾ ਕਾਰਜ ਮੈਂ ਸਮਝਦਾ ਜਿਨ੍ਹਾਂ ਦੀ ਇਹਨਾਂ ਦੀ ਤਾਰੀਫ ਕਰ ਲਈ ਥੋੜ੍ਹੀ ਹੈ ਉਹਨਾਂ ਨੂੰ ਇਹ ਸਾਂਭਦੇ ਆ। ਸੋ ਹੁਣ ਇਹਦੇ ਨਾਲ ਇਹਨਾਂ ਨੇ ਵਾਤਾਵਰਨ ਨੂੰ ਸਾਂਭਣ ਦਾ ਵੀ ਕੋਸ਼ਿਸ਼ ਕੀਤੀ ਹੈ ਲੂੰਬਾ ਜੀ ਹੋਣਾਂ ਦੇ ਨਾਲ, ਗੁਰਨਾਮ ਜੀ ਗਾਮਾ ਜੀ ਹੋਣਾਂ ਨਾਲ ਔਰ ਉਹਨਾਂ ਦੀ ਸਮੁੱਚੀ ਟੀਮ ਨੇ। ਸੋ ਇਹ ਵਧਾਈ ਦੇ ਪਾਤਰ ਹੈ। ਅੱਜ ਇੱਥੇ 150 ਬੂਟਾ ਲਾਇਆ ਜਾ ਰਿਹਾ। ਸੋ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਜਿੱਥੇ ਵੀ ਸਾਡੀ ਲੋੜ ਹੈ ਅਸੀਂ ਇਹਨਾਂ ਦੇ ਨਾਲ ਖੜਾਂਗੇ। ਔਰ ਨਾਲ ਇੱਕ ਬੇਨਤੀ ਮੈਂ ਪਹਿਲਾਂ ਵੀ ਕੀਤੀ ਹੈ ਕਿ ਸਾਨੂੰ ਬੂਟੇ ਜਿੰਨੇ ਲਾਏ ਜਾ ਰਹੇ ਆ ਉਹਨਾਂ ਦੀ ਸੰਭਾਲ ਦੀ ਵੀ ਲੋੜ ਹੈ ਔਰ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦਾ ਕਿ ਇੱਥੇ ਅਵਾਰਾ ਪਸ਼ੂਆਂ ਦਾ ਜਿੱਥੇ ਭਰਮਾਰ ਆ ਉੱਥੇ ਇੱਥੇ ਗੁੱਜਰ ਵੀ ਬਹੁਤ ਵੱਡੀ ਪੱਧਰ 'ਤੇ ਬੂਟਿਆਂ ਦਾ ਨੁਕਸਾਨ ਕਰਦੇ ਆ। ਇਸ ਵਾਰਡ ਦੇ ਵਿੱਚ ਪਹਿਲਾਂ ਵੀ 1600 ਬੂਟਾ ਲਾਇਆ ਗਿਆ। ਹੈਰਾਨਗੀ ਦੀ ਗੱਲ ਇਹ ਆ ਕਿ 1600 'ਚੋਂ ਇੱਕ ਵੀ ਬਚਿਆ ਨਹੀਂ ਗਾ। ਉਹਦਾ ਸਾਰਾ ਜਿਹੜਾ ਕਾਰਨ ਹੈ ਕਿ ਗੁੱਜਰ ਇੱਥੇ ਅਵਾਰਾ ਜਿਹੜੇ ਪਸ਼ੂ ਲੈ ਕੇ ਆਉਂਦੇ ਆ ਉਹਨਾਂ ਦੇ ਨਾਲ ਬਹੁਤ ਵੱਡਾ ਨੁਕਸਾਨ ਹੁੰਦਾ। ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿੱਥੇ ਵੀਰ ਉਪਰਾਲਾ ਕਰ ਰਹੇ ਆ ਉੱਥੇ ਉਹ ਨੁਕਸਾਨ ਵੀ ਕਰ ਰਹੇ, ਉਹਨਾਂ ਨੂੰ ਰੋਕਣ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਸਾਡੇ ਫੇਸਬੁੱਕ ਪੇਜ ਅੱਜ ਦੀ ਆਵਾਜ਼ ਨੂੰ ਫੋਲੋ ਕਰੋ ਅਤੇ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਇਸ ਦੇ ਨਾਲ ਹੀ ਯੂਟਿਊਬ ਦੇ ਉੱਤੇ ਸਾਡੇ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਲੇਟੈਸਟ ਬ੍ਰੇਕਿੰਗ ਖਬਰਾਂ ਦੇ ਲਈ ਸਾਡੇ ਨਾਲ ਜੁੜੋ। ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੀ ਜਾਣਕਾਰੀ ਦੇ ਲਈ ਸਾਨੂੰ ਫੋਲੋ ਕਰੋ। ਦੇਸ਼ ਵਿਦੇਸ਼ ਦੀਆਂ ਵੱਡੀਆਂ ਖਬਰਾਂ ਹੁਣ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਅੱਜ ਦੀ ਆਵਾਜ਼ ਦੇ ਅਖਬਾਰ ਦਾ ਈ ਪੇਪਰ ਐਡੀਸ਼ਨ ਪੜ੍ਹਨ ਦੇ ਲਈ ਸਾਡੀ ਵੈਬਸਾਈਟ ਦੇ ਉੱਤੇ ਵਿਜ਼ਿਟ ਕਰੋ। ਪੰਜਾਬ ਦਾ ਭਰੋਸੇਮੰਦ ਅਖਬਾਰ ਰੋਜ਼ਾਨਾ ਅੱਜ ਦੀ ਆਵਾਜ਼।